ਕੁਟੰਬ ਸਭ ਹੋਂਤੇ ਤੋਰੇ ਤੋ ਆਪਨ ਬੇਢੀ ਆਵੇ ਹੋ ਭਗਤ ਨਾਮ ਜ। ਲੋਕਾਚਾਰ ਜਾਤ ਪਾਤ ਮਜ਼ਬ ਦੁਨੀਆ ਦੀ ਰੀਤ ਇਹ ਸਭ ਤੋਂ ਜਿਸ ਦਿਨ ਮਨੁੱਖ ਨਿਆਰਾ ਹੋ ਕੇ ਪ੍ਰਭੂ ਚਿੰਤਨ ਕਰਦਾ ਜਦ ਲੀਨ ਆਉਂਦਾ ਸਭ ਕੁਝ ਮਿਟ ਜਾਂਦਾ। ਫਿਰ ਪਰਮਾਤਮਾ ਹੀ ਰਹਿ ਜਾਂਦਾ ਜਿਵੇਂ ਕਬੀਰ ਕਹਿ ਰਹੇ ਨੇ ਬਿਗਰੇਓ ਕਬੀਰਾ RAM ਦੁਹਾਈ ਸਾਚ ਭਇਓ ਅਨ ਕਥੇ ਨ ਜਾਇ। ਭਾਰਤ ਦੇ ਤੇ ਸੰਤ ਭਗਤ ਪੂਜੇ ਗਏ ਲੇਕਿਨ ਮਿਡਲ ਇਸ ਦੇ ਚ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਗਏ ਇਹ ਗੱਲ ਬਰਦਾਸ਼ਤ ਨਾ ਹੋਈ ਇਹ ਗੱਲ ਜੋ ਹੈ ਸਹਿਨ ਨਾ ਹੋ ਸਕੀ ਖੈਰ ਤਾਂ ਮੈਂ ਅਰਜ਼ ਕਰ ਰਿਹਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਨਮੋ ਜੰਤਰ ਜੰਤਰੰ ਨਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਹਰ ਮਨੁੱਖ ਦਾ ਆਪਣਾ ਇਸ਼ਟ ਹੁੰਦਾ ਹੈ ਇਸ਼ਟ ਦੇ ਰਾਹੀਂ ਉਹ ਖੁਦਾ ਤੱਕ ਪਹੁੰਚਦਾ ਹੈ ਇਸ਼ਟ ਦੇ ਰਾਹੀਂ ਉਹ ਭਗਵਾਨ ਤੱਕ ਪਹੁੰਚਦਾ ਹੈ ਫਿਰ ਮੈਂ ਦੋਹਰਾ ਦੇ ਹਾਂ ਅਹਲੇ ਇਸਲਾਮ ਦਾ ਇਸ਼ਟ ਹੈ ਮੁਹੰਮਦ ਸਾਹਿਬ ਸਮੋ ਇਸਾਈ ਜਗਤ ਦੇ ਇਸ਼ਟ ਨੇ ਹਜ਼ਰਤ ਈਸਾ ਸਮੋ ਪਾਰਸੀ ਜਗਤ ਦਾ ਇਸ਼ਟ ਹੈ ਜਰਦਰਸਤ ਔਰ ਸਾਰੇ ਯਹੂਦੀਆਂ ਦਾ ਇਸ਼ਟ ਹੈ حضرت موسی Hindu چونਕੇ ਧਾਰਮਿਕ ਤੌਰ ਤੇ ਬਹੁਤ ਵੰਡੇ ਹੋਏ ਨੇ ਤਾਂ ਕਿਸੇ ਦਾ ਇਸ਼ਟ RAM ਹੈ ਕਿਸੇ ਦਾ KRISHNA ਹੈ ਕਿਸੇ ਦਾ MAHADEV ਹੈ ਕਿਸੇ ਦਾ VISHNU ਹੈ ਕਿਸੇ ਦੀ KALI DEVI ਹੈ ਕਿਸੇ ਦੀ VISHNU DEVI ਹੈ ਗਰਜ਼ ਕੇ ਬਹੁਤ ਸਾਰੇ ਇਹਨਾਂ ਦੇ ਇਸ਼ਟ ਨੇ ਇਹ ਵੀ ਮੈਰਜ ਕਰਦੇ ਆ ਇੱਕ ਇਸ਼ਟ ਨਹੀਂ ਹੈ ਕਵੀ ਤુલਸੀ ਜਦ ਮਥਰਾ ਦੇ ਚਾਏ ਨਾ ਭਗਤ ਸਨ ਬੜੇ ਵੱਡੇ ਜਗਾ ਜਗਾ ਕਥਾ ਕਰਦੇ ਸਨ ਆਪਣੇ ਜ਼ਮਾਨੇ ਚ ਉਸ ਗ੍ਰੰਥ ਦੀ ਕਥਾ ਕਰਦੇ ਨੇ ਜੇ ਸੰ ਜਿਸ ਨੂੰ ਉਹਨਾਂ ਨੇ ਖੁਦ ਲਿਖਿਆ ਸੀ ਰਾਮਾਇਣ ਇਹ ਉਹਨਾਂ ਦਾ ਲਿਖਿਆ ਹੋਇਆ ਹੈ RAM ਦਾ ਅਗਰ ਬਹੁਤ ਵੱਡਾ ਪ੍ਰਚਾਰ ਹੋਇਆ ਭਾਰਤ ਦੇ ਚ ਤੇ ਤુલਸੀ ਦੇ ਰਾਹੀਂ ਹੋਇਆ ਜਗਾ ਜਗਾ ਉਸ ਨੇ ਆਪਣੀ ਰਚੀ ਹੋਈ ਆਪਣੀ ਲਿਖੀ ਉਹ ਰਾਮਾਇਣ ਦੀ ਕਥਾ ਕੀਤੀ ਲੋਕਾਂ ਦੇ ਹਿਰਦਿਆਂ ਨੂੰ ਰਾਮ ਨਾਲ ਜੋੜਿਆ ਉਹ ਜਦ ਮਥਰਾ ਦੇ ਚ ਆਇਆ ਤੋ ਮਥਰਾ ਦੇ ਸਾਰੇ ਮੰਦਰ ਕ੍ਰਿਸ਼ਨ ਦੇ ਨੇ ਇਤਿਹਾਸਕ RAM ਦੇ ਮੰਦਰ ਨਹੀਂ ਨੇ ਦੁਆਰਕਾ ਦੇਸ਼ ਮੰਦਰ ਦੇ ਚ ਉਸ ਨੇ ਕਥਾ ਕਰਨੀ ਸੀ ਤੇ ਮੰਦਰ ਦੇ ਚ ਮੂਰਤੀ ਸ੍ਰੀ ਕ੍ਰਿਸ਼ਨ ਦੀ ਮੁਰਲੀ ਹੱਥੇ ਚ ਨਚ ਰਿਆ ਨਾਲ ਰਾਧਾ ਤੁਲਸੀ ਆਏ ਨੇ ਮਥਾ ਨੇ ਠੇਕੇ ਪੁਜਾਰੀ ਨੇ ਇਤਰਾਜ਼ ਕੀਤਾ ਜਗਾ ਜਗਾ ਕਥਾ ਕਰਦੇ ਸਾਰੇ ਭਾਰਤ ਦਾ ਭਰਮਣ ਕਰਦੇ ਬਹੁਤ ਵੱਡੇ ਗੈਨੀ ਕਹ ਲੈਂਦੇ ਹੋ ਭਗਤ ਕਹ ਲੈਂਦੇ ਹੋ ਤੇ ਹੰਕਾਰ ਇਤਨਾ ਹੋ ਗਿਆ ਤੁਸੀਂ ਸਿਰ ਨਹੀਂ ਝੁਕਾਇਆ ਮੱਥਾ ਨਹੀਂ ਟੇਕਿਆ ਪਤਾ ਉਤੇ ਤੁਲਸੀ ਨੇ ਕੀ ਕਿਹਾ ਕਿਉਂਕਿ ਕਵੀ ਰਸਨ ਕਹਿੰਦੇ ਨੇ ਕੈਸੀ ਸੁੰਦਰ ਝੱਬ ਬਣੇ ਭਲੇ ਵਿਰਾਜੇ 나ਥ ਤੁਲਸੀ ਮਸਤਕ ਤਉਨੇ ਮੇ ਜੋ ధਨਸ਼ਵਾਨ ਹੋਇਆ ਹਾਤ ਮੈਂ ਉਹਦੇ ਅੱਗੋਂ ਝੁਕ ਸਕਦਾ ਜਿਹਦੇ ਕੋਲ ధਨਸ਼ਵਾਨ ਹੈ ਇਹਦੇ ਕੋਲ ਤੇ ਮੁਰਲੀ ਹੈ ਮੈਂ ਮੁਰਲੀ ਧਰਦਾ ਪੁਜਾਰੀ ਨਹੀਂ ਹਾਂ ਮੈਂ ధਨਸ਼ਧਾਰੀ ਦਾ ਪੁਜਾਰੀ ਹਾਂ ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਹਾਂ ਮੈਂ ਰਾਮ ਦਾ ਪੁਜਾਰੀ ਹਾਂ ਮੇਰਾ ਇਸ਼ਟ ਕ੍ਰਿਸ਼ਨ ਨਹੀਂ ਹੈ ਮੇਰਾ ਇਸ਼ਟ ਰਾਮ ਹੈ ਇੰਨਾ ਵੱਡਾ ਭਗਤ ਇਤਨਾ ਵੱਡਾ ਗੈ ਨਹੀਂ ਵੀ ਐਸਾ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਾਥਾ ਨਾਮਕ ਬਾਣੀ ਦੇ ਵਿੱਚ ਦੱਸਿਆ ਹੈ ਅਗਰ ਕੋਈ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਤਾਂ ਰੁਕਾਵਟ ਮਾਇਆ ਹੈ ਦੀਵਾਰ ਮਾਇਆ ਹੈ ਜਿਸ ਨੇ ਮਨੁੱਖ ਨੂੰ ਪ੍ਰਮਾਤਮਾ ਤੱਕ ਨਹੀਂ ਪਹੁੰਚਣ ਦਿੱਤਾ ਤਾਂ ਫਿਰ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪੁੱਛੀਏ ਮਹਾਰਾਜ ਮਾਇਆ ਕੀ ਆਉਂਦੀ ਹੈ ਪੜ੍ਹਦੇ ਤੇ ਅਨਲ ਸੁਣਨ ਐ ਨਾ ਪੰਕਤੀਆਂ ਮਾਇਆ ਚਿਤ ਭਰਮੇਣ ਮਨੁਖ ਦੇ ਮਨ ਨੂੰ ਮਾਇਆ ਐਸਾ ਭਰਮਾ ਕੇ ਰੱਖ ਦਿੰਦੀ ਏ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਪਰ ਮਹਾਰਾਜ ਦੱਸੋ ਤੇ ਸਹੀ ਮਾਇਆ ਦਾ ਰੂਪ ਮਾਇਆ ਚਿਤ ਭਰਮੇਣ ਇਸ਼ਟ ਮਿਤ੍ਰੇਖ ਬਾਂਧਵੇ ਪਹਿਲੇ ਮਾਇਆ ਦਾ ਰੂਪ ਦੱਸਿਆ ਇਸ਼ਟ अगर मनुख राम तक ही रुक गया भगवान तक नहीं पहुँचे तो राम माया बन गया यह भी मैं अर्ज कर दिया अगर मनुख विष्णु तक रुक गया है तो प्रभु नाल नहीं जुड़िया तो विष्णु माया बन गए पंक्तियां फिर सरवन करो माया चित भर में इष्टमित रेख बांधवे अगर मनुख मोहम्मद तक रुक गया खुदा तक नहीं पहुँचया तो मोहम्मद भी उस वास्त माया बन गया ਅਗਰੇ ਹੀ ਇਸ حضرت ঈਸਾ ਨਾਲ ਤੇ ਪਿਆਰ ਪਾ ਬੈਠਾ ਹੈ ਉੱਥੇ ਰੁਕ ਗਿਆ ਪ੍ਰਭੂ ਤੱਕ ਨਹੀਂ ਪਹੁੰਚਿਆ ਤੋ حضرت ঈਸਾ ਮਾਇਆ ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ ਇਸ ਵਾਸਤੇ ਸਾਨੂੰ ਸ਼ਬਦ ਨਾਲ ਜੋੜਿਆ ਗਿਆ ਕਿਹੜੇ ਸ਼ਬਦ ਨਾਲ ਜੋੜਿਆ ਗਿਆ ਜੋ ਪਰਮਾਤਮਾ ਤੋਂ ਆਇਆ ਹੈ ਪਰਮਾਤਮਾ ਨਾਲ ਜੁੜ ਸਕਦੇ ਸੀ ਪਰਮਾਤਮਾ ਦੇ ਬੋਲ ਕਰਕੇ ਕਿਸੇ ਹੋਰ ਬੋਲ ਕਰਕੇ ਨਹੀਂ ਤੋ ਪੁੱਛ ਲੋ ਗੁਰੂ ਨਾਨਕ ਨੂੰ ਇਹ ਤੁਹਾਡੇ ਬੋਲ ਨੇ ਕਹਿੰਦੇ ਨਹੀਂ ਇਤੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਰੋ ਇਤੇ ਜੈਸੇ ਖਸਮ ਤੋਂ ਬੋਲ ਆਏ ਨੇ ਮੈਂ ਕਹਿ ਦਿੱਤੇ ਹਉ ਆਪੋਂ ਬੋਲ ਨਾ ਜਾਣਦਾ ਹਉ ਕਿਹਾ ਸਭ ਹੁਕਮਾਓ ਜੀਓ ਮੈਂ ਇਸ ਤਰ੍ਹਾਂ ਦੇ ਬੋਲ ਬੋਲਣਾ ਜਾਣਦਾ ਹੀ ਨਹੀਂ ਜੋ ਪ੍ਰਭੂ ਦਾ ਹੁਕਮ ਆਇਆ ਕਹਿ ਦਿੰਦਾ ਹੈ ਇਹੀ ਕੁਛ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਏ ਜੋ ਕੁਛ ਮੈਨੂੰ ਪ੍ਰਭੂ ਨੇ ਕਿਹਾ ਮੈਂ ਕਹਿ ਦਿੰਦਾ ਜਗਤ ਨੂੰ ਮੇਰੇ ਆਪਣੇ ਬੋਲ ਨੇ ਕਿਉਂ ਐਸੇ ਪੁਰਸ਼ਾਂ ਦਾ ਮਹਾਪੁਰਸ਼ਾਂ ਦਾ ਮਨ ਆਪਣਾ ਚੁੱਪ ਕਰ ਜਾਂਦਾ ਹੈ ਉਹਨਾਂ ਦੀ ਆਤਮਾ ਬੁਲਦੀ ਆਤਮਾ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨਵੇ ਲਾ ਲੋ 400 ਸਾਲਾ ਭਗਵਨ ਗੁਰਗਨ ਸਾਹਿਬ ਜੀ ਮਹਾਰਾਜ ਦਾ ਜਦ ਪ੍ਰਕਾਸ਼ ਉਤਸਵ ਮਨਾਇਆ ਗਿਆ ਅੰਮ੍ਰਿਤਸਰ ਦੇਚ ਇਤਿਹਾਸ ਇਕੱਠ ਹੋਇਆ ਕਹਿੰਦੇ 44 ਲੱਖ ਦੇ ਕਰੀਬ ਇਕੱਠ ਹੋਇਆ ਅੰਮ੍ਰਿਤਸਰ ਦੀ ਹਰ ਗਲੀ ਪੈਕ ਸੀ ਇੰਦੇ ਔਰਤੋ ਤੇ ਸਜਣਾ ਨੇ ਵੈਨੋ ਕਿਹਾ ਭਈ ਦੋ ਕਮਰੇ ਸਾਡੇ ਲਈ ਜ਼ਰੂਰ ਰੱਖਣਾ ਮੈਂ ਰੱਖੇ ਪਰ ਉਹ ਰੇਲਵੇ ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਨਿਕਲ ਕੇ ਮੈਨੂੰ ਫੋਨ ਕਰਨ ਲੱਗੇ ਕਹਿੰਨੇ ਗੈਨੇ ਜੀ ਪਹੁੰਚੀਏ ਕਿਵੇਂ ਹੈ ਵੀ ਸਟੇਜ ਸਾਰੇ ਜਾਮ ਨੇ ਕਾਰਾਂ ਨਾਲ ਮੋਟਰਾਂ ਨਾਲ ਜਾਮ ਨੇ ਨਹੀਂ ਬੰਦਿਆਂ ਨਾਲ ਜਾਮ ਨੇ ਮਨੁੱਖਾ ਹਰ ਗਲੀ ਪੈ ਕੋਈ ਪਈ ਮਨੁੱਖ ਮੈਂ ਕਿਹਾ ਜੇ ਤੁਸੀਂ ਇੱਥੇ ਤੱਕ ਨਹੀਂ ਆ ਸਕਦੇ ਤੇ ਮੈਂ ਵੀ ਹੁਣ ਤੁਹਾਨੂੰ ਲੈਣ ਵਾਸਤੇ ਉੱਥੇ ਤੱਕ ਨਹੀਂ ਜਾ ਸਕਦਾ ਮੈਂ ਕਹਿੰਦਾ ਜਦ ਮੈਂ ਸਟੇਜ ਤੇ ਪਹੁੰਚਦਾ ਮੈਨੂੰ ਪੁਲਿਸ ਪਹੁੰਚਾਉਂਦੀ ਏ ਉਹ ਰਸਤਾ ਬਣਾਉਂਦੇ ਮੇਰੇ ਲਈ ਸਟੇਜ ਤੇ ਜਾਣਾ ਵੀ ਔਖਾ ਹੁੰਦਾ ਹੈ ਨਿਊ ਅੰਮ੍ਰਿਤਸਰ ਦੇ ਚ ਬਾਹ ਲੱਖ ਸਜਣਾ ਦਾ ਇਕੱਠ ਹੋਇਆ ਕਿਤਨੇ ਦੂਰ ਤੱਕ ਬਸ ਲੋਕਾਂ ਦੇ ਸਿਰੇ ਸਿਰ ਸਨ ਸਟੇਜ ਤੱਕ ਮੈਂ ਆਪਣੇ ਠਿਕਾਣੇ ਤੋਂ ਸਟੇਜ ਤੱਕ ਮੈਂ ਪਹੁੰਚਿਆ 2 ਘੰਟੇ ਅੱਜ ਇਤਨਾ ਇਕੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਬੋਲਣ ਵਾਸਤੇ ਆਏ ਸਨ ਦਲਾਈ ਲਾਮਾ ਜੀ Hindu ਜਗਤ ਦੇ ਇਸ ਵਕਤ ਸਭ ਤੋਂ ਵੱਡੇ ਵਕਤਾ ਵਿਦਵਾਨ ਗਿਣੇ ਜਾਣ ਵਾਲੇ ਰਵੀ ਸ਼ੰਕਰ ਉਹ ਵੀ ਆਏ ਔਰ ਇਸੇ ਤਰੀਕੇ ਦੇ ਨਾਲ ਇਸਲਾਮੀ ਜਗਤ ਦੇ ਹਜ਼ਰਤ ਨਜ਼ਾਮਉਦੀਨ ਦੀ ਜਿਹੜੀ ਦਰਗਾਹ ਹੈ ਦਿੱਲੀ ਵਿੱਚ ਉਸਤੇ ਜਿਹੜੇ ਵੱਡੇ ਜੋ ਮਜੌਰ ਨੇ ਜਿਸ ਨੂੰ ਅਸੀਂ ਪੁਜਾਰੀ ਕਹਿ ਦਿੰਦੇ ਆ ਸਾਡੇ ਵਿੱਚ ਗ੍ਰੰਥੀ ਸਾਹਿਬ ਕਹਿ ਦਿੰਦੇ ਨੇ ਉਹਨਾਂ ਵਿੱਚ ਮਜੌਰ ਕਹਿ ਦਿੰਦੇ ਨੇ ਉਸ ਦਰਗਾਹ ਦੇ ਜਿਹੜੇ ਵੱਡੇ ਮਜੌਰ ਨੇ ਗਾਲਬਨ 90 ਸਾਲ ਦੇ ਨੇੜੇ ਸਨ ਬੜੇ ਬਜ਼ੁਰਗ ਸਨ ਉਹ ਵੀ ਆਏ 15 15 20 20 ਪਿੰਡ ਦਾ ਸਾਰਿਆਂ ਦਾ ਟਾਈਮ ਸੀ ਕਿਉਂਕਿ ਹਰ ਮਸਜਬ ਦੇ ਚੋਟੀ ਦੇ ਬੰਦੇ ਆਏ ਹੋਏ ਸਨ ਦਲਾਇਲਾਮਾ ਚੋਂ ਕਿ ਤਿਬਤੀ ਭਾਸ਼ਾ ਦੇ ਜ ਬੋਲੇ ਮੇਰੇ ਪੱਲੇ ਕੁਝ ਨਹੀਂ ਪਿਆ ਭਾਵੇਂ ਉਹਨਾਂ ਕੋਲ ਇੰਟਰਪ੍ਰੀਟਰ ਹੈ ਸੀ ਉਹ ਹਿੰਦੀ ਚ ਬੋਲਦਾ ਸੀ ਪਰ ਟੁੱਟੀ-ਫੁੱਟੀ ਹਿੰਦੀ ਸੀ ਪੱਲੇ ਨੇ ਕੁਝ ਪੈਂਦਾ ਸੀ ਰਵੀ ਸ਼ੰਕਰ ਤੇ ਇੱਕ ਵਿਦਵਾਨ ਸੱਜਣ ਸਨ ਰਹਿ ਗਈ ਗੱਲ ਹਜ਼ਰਤ ਨਜ਼ਾਮਉਦਿਨ ਔਲੀਆ ਦੀ ਦਰਗਾਹ ਦੇ ਮਜਾਓ ਉਰਦੂ ਦੇ ਵਿੱਚ ਬੋਲੇ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਜੋ ਕੁਝ ਉਰਦੂ ਦੇ ਵਿੱਚ ਆਖਿਆ ਮੈਂ ਤੁਹਾਨੂੰ ਪੰਜਾਬੀ ਦੇ ਸੁਣਾਵਾਂ ਕਿੰਨੇ ਕੇ ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋ ਗਈ ਨਾ ਧਾਰਮਿਕ ਤੌਰ ਤੇ ਉਸ ਦਿਨ ਦੁਨੀਆ ਦੇ ਵਿੱਚ ਧਾਰਮਿਕ ਗ੍ਰੰਥ ਇਹ ਕੋਈ ਹੋਵੇਗਾ ਪਰ ਉਸ ਗ੍ਰੰਥ ਦਾ ਨਾ ਹੋਵੇਗਾ ਧਨ ਗੁਰੂ ਗ੍ਰੰਥ ਸਾਹਿਬ ਇਹ ਉਸ ਦਰਗਾਹ ਦਾ ਮਜੂਰ ਕਹਿੰਦਾ ਹੈ ਕਿਉਂ ਕਹਿੰਦਾ ਸੰਸਾਰ ਸ਼ਬਦ ਤੋਂ ਆਇਆ ਹੈ ਸ਼ਬਦ ਦੀ ਪੂਜਾ ਨਿਰੰਕਾਰ ਦੀ ਪੂਜਾ ਹੈ ਖੁਦਾ ਦੀ ਪੂਜਾ ਔਰ ਉਹਨੇ ਕਿਹਾ ਉਹਦੇ ਅਲਫਾਜ਼ ਜੋ ਲੱਖਾਂ ਦੇ ਕੱਠ ਦੇ ਚ ਸੁਨੇਹ ਕਿਹਾ ਵੀ ਕੁਰਾਨ ਸ਼ਰੀਫ ਕਹਿੰਦੀ ਹੈ ਖੁਦਾ ਦੇ ਅੰਦਰੋਂ ਆਵਾਜ਼ اٹਹੀ ਜੋ ਨਿਰਾਰਕਾਰ ਹੈ ਹੋ ਜਾ ਤੋ ਜਗਤ ਹੋ ਗਿਆ ਉਹਦੇ ਬੋਲ ਤੋਂ ਹੈ ਉਹਦੇ ਸ਼ਬਦ ਤੋਂ ਹੈ ਗੁਰਬਾਣੀ ਕਹਿੰਦੀ ਹੈ ਕੀ ਤਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ ਇੱਕ ਕਵਾਓ ਤੋਂ ਇੱਕ ਬੋਲ ਤੋਂ ਜ਼ਿੰਦਗੀ ਦੇ ਲਖਾਂ ਦਰਿਆ ਚੱਲ ਪਏ ਤੇ ਜ਼ਿੰਦਗੀ ਦਾ ਦਰਿਆ ਸੂਰਜ ਮੰਨਿਆ ਜਾਂਦਾ ਹੈ ਪਤਾ ਨਹੀਂ ਔਰ ਬਾ ਖਰ ਬਾ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਲੰਬਾ ਚੌੜਾ ਖੁਲਾਸਾ ਗੁਰਬਾਣੀ ਦੇਚ ਹੈ ਇਹ ਵਿਚਾਰ ਨਜ਼ਾਮੁद्दीन औलिया दरगाह ਦੇ ਮੁਖੀ ਮਜੌਰ ਨੇ ਕਹੇ ਕਿ ਲਗੇ ਜੇ ਦੁਨੀਆ ਸਿਆਣੀ ਨਹੀਂ ਹੈ ਜੇ ਦਿਨ ਸਿਆਣੀ ਹੋਈ ਇੱਕੋ ਹੀ ਧਾਰਮਿਕ ਗ੍ਰੰਥ ਹੋਵੇਗਾ ਸਾਰੀ ਦੁਨੀਆ ਦੇ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅਲਫਾਜ਼ ਮੈਂ ਸੁਣ ਕੇ ਹੈਰਾਨ ਹੋਇਆ ਇੱਕ ਮੁਸਲਮ ਬਖਤਾ ਐਸਾ ਕਹਿੰਦਾ ਉਹਨੂੰ ਇਹ ਸਚਾਈ ਜੋ ਹੈ ਦਿਸੇ ਬਦਕਿਸਮਤੀਏ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾ ਖੁਦ ਸੁਣ ਸਕੇ ਨਾ ਜਗਤ ਨੂੰ ਸੁਣਾ ਸਕੇ ਐਵੀਂ ਮੈਂ ਅਰਜ਼ ਕਰਦੇ ਹਾਂ ਇਕਬਾਲ ਨੇ ਇੱਕ ਗੱਲ ਕਹੀ ਸੀ ਮੌਕੇ ਸਿਰ ਬਹੁਤ ਸ਼ੌਕ से ਸੁਣ ਰਹਾ ਥਾ ਜ਼ਮਾਨਾ ਹਮੇਸ਼ ਹੋ ਗਏ ਦਾਸ ਤਾਂ ਕਹਤੇ ਕਹਤੇ ਲੋਕੀ ਤੇ ਜਾਣਨਾ ਚਾਹੁੰਦੇ ਸਨ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹੈ ਅਸੀਂ ਦੱਸਣ ਵਾਲੇ ਹੀ ਸੋ ਗਏ ਗਫਲਤ ਦੇ ਚਲੇ ਗਏ ਨਾ ਖੁਦ ਸਮਝ ਸਕੇ ਨਾ ਜਗਤ ਨੂੰ ਸਮਝਾ ਸਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਅਗਰ ਇਸ਼ਟ ਨੇ ਪਰਮਾਤਮਾ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ ਤਾਂ ਇਸ਼ਟ ਵੀ ਮਾਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਰੂ ਨਾਨਕ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਤੁਸੀਂ ਇਹ ਲੱਭਣਾ ਚਾਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਨਹੀਂ ਲਿਖਿਆ। ਉਹਨਾਂ ਦੇ ਮਾਤਾ ਪਿਤਾ ਕੌਣ ਸਨ ਨਹੀਂ ਲਿਖਿਆ। ਉਹਨਾਂ ਦੀ ਪਤਨੀ ਦਾ ਕੀ ਨਾਮ ਸੀ ਉਹਨਾਂ ਦੇ ਬੱਚੇ ਕਿੰਨੇ ਸਨ ਨਹੀਂ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੇਵਲ ਪ੍ਰਮਾਤਮਾ ਦੇ ਵਿਚਾਰ ਹੈ। ਨਿਰੋਲ ਨਿਰੰਕਾਰ ਦੇ ਵਿਚਾਰ ਹੈ। ਇਸ ਵਾਸੇ ਪਉਠੀ ਪਰਮੇਸ਼ਰ ਦਾ ਸਥਾਨ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਮੱਥਾ ਟੇਕਿਆ ਹੋਇਆ ਪ੍ਰਮਾਤਮਾ ਨੂੰ ਮੱਥਾ ਟੇਕਿਆ। ਈਸ਼ਵਰ ਦੇ ਗਲ ਈਸ਼ਵਰ ਨਾਲ ਮਨੁੱਖ ਜੁੜ ਸਕਦਾ ਹੈ ਈਸ਼ਵਰ ਦੇ ਬੋਲ ਕਰਕੇ ਔਰ ਕਿਸੇ ਦੇ ਬੋਲ ਕਰਕੇ ਨਹੀਂ ਮਹਾਰਾਜ ਕਹਿੰਦੇ ਨੇ ਮਾਇਆ ਚਿੱਤ ਭਰਵੇਂ ਮਾਇਆ ਮਨੁੱਖ ਨੂੰ ਭਰਮਾ ਕੇ ਰੱਖ ਦਿੰਦੀ ਹੈ ਤੋਂ ਪ੍ਰਸ਼ਨ ਪੈਦਾ ਹੁੰਦਾ ਹੈ ਮਾਇਆ ਕੀ ਇਸ਼ਟ ਮਿਤ੍ਰੇਖ ਬਾਂਧਵੇ ਪਹਿਲਾਂ ਤੇ ਇਸ਼ਟ ਨੂੰ ਮਾਇਆ ਦਾ ਰੂਪ ਦੱਸ ਦਿੱਤਾ ਹੈ ਅਗਰ ਰਾਮ ਨੇ ਵੀ ਭਗਵਾਨ ਤੱਕ ਨਹੀਂ ਪਹੁੰਚਣ ਦਿੱਤਾ ਤੇ ਮਨੁੱਖ ਰਾਮ ਨੂੰ ਇਹ ਭਗਵਾਨ ਕਹਿ ਬੈਠਾ ਹੈ ਤੋ ਇਹ RAM ਵੀ ਮਾਇਆ ਹੋ ਗਏ ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ ਇਸ ਵਾਸਤੇ ਐਲਾਨੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਜੋ ਹਮ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕ ਕੁੰਡ ਮੇ ਭਰਣ ਜੋ ਮੇਰੇ ਤੱਕ ਹੀ ਰੁਕ ਜਾਏਗਾ ਕੁੰਭੀ ਨਰਕ ਦੇ ਜਾਏਗਾ ਜੋ ਹਮ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕ ਕੁੰਡ ਮੇ ਪਰੇ ਫਿਰ ਤੁਸੀਂ ਕੌਣ ਹੋ ਮੋਕੋ ਦਾਸ ਤਵਨ ਕਾ ਜਾਨੋ या में भेद रंच पछाण मैं हूँ परम पुरख को दासा देखन आयो जगत तमस मैं तो उसका निमाणा सेवक हाँ दास हाँ माया चित भर में इष्ट मित्रेक अगर मित्र करके परिवार करके निरंकार भूल गए तो परिवार भी माया है मित्र भी माया है ਤਰਵੀ ਮਾਇਆ ਇਸ਼ਟ ਵੀ ਮਾਇਆ ਕਿਸੇ ਲਈ ਇਸ਼ਟ ਮਾਇਆ ਬਣ ਗਿਆ ਕਿਸੇ ਲਈ ਪਰਿਵਾਰ ਮਾਇਆ ਬਣ ਗਿਆ ਫਤੀ ਮਾਇਆ ਬਣ ਗਿਆ ਪਤਨੀ ਮਾਇਆ ਬਣ ਗਈ ਪੁੱਤਰ ਮਾਇਆ ਬਣ ਗਿਆ ਦਨ ਸੰਪਦਾ ਮਾਇਆ ਬਣ ਗਈ ਜੇ ਪ੍ਰਮਾਤਮਾ ਦੇ ਅਨੇਕਾਂ ਰੂਪ ਨੇ ਅਨਗ ਰੂਪ ਤੇਰੇ ਨਾਰਾਇਣਾ ਤੋਂ ਮਾਇਆ ਦੇ ਵੀ ਬੜੇ ਰੂਪ ਨੇ ਤੇ ਮਾਇਆ ਦਾ ਵੱਡਾ ਰੂਪ ਮਹਾਰਾਜ ਬਿਆਨ ਪੈ ਕਰਦੇ ਨੇ ਇਸ਼ਟ ਸੋਚਣ ਵਾਲੀ ਗੱਲ ਹੈ ਇਸ਼ਟ ਮਾਇਆ ਹੈ ਅਗਰ ਮਨੁੱਖ ਦੀ ਸ਼ਰਧਾ ਮਨੁੱਖ ਦਾ ਗਿਆਨ ਇਸ਼ਟ ਤੇ ਰੁਕ ਗਿਆ ਉਸ ਤੋਂ ਅੱਗੇ ਨਹੀਂ ਜਾ ਰਿਹਾ ਰਾਮ ਦੇ ਇਤਿਹਾਸ ਦਾ ਸਭ ਕੁਝ ਪਤਾ ਹੈ ਭਗਵਾਨ ਦਾ ਕੱਖ ਵੀ ਨਹੀਂ ਪਤਾ ਸ਼੍ਰੀ ਕ੍ਰਿਸ਼ਨ ਬਾਰੇ ਤੇ ਸਭ ਕੁਝ ਜਾਣਦਾ ਹੈ ਪਰਮਾਤਮਾ ਬਾਰੇ ਕੁਝ ਵੀ ਨਹੀਂ ਜਾਣਦਾ ਮੁਹੰਮਦ ਸਾਹਿਬ ਦੇ ਜਨਮ ਤੋਂ ਲੈ ਕੇ ਅੰਤ ਸਮੇਂ ਦੀ ਕਥਾ ਦਾ ਇਸ ਨੂੰ ਪਤਾ ਹੈ ਖੁਦਾ ਬਾਰੇ ਕੁਝ ਵੀ ਨਹੀਂ ਜਾਣਦਾ। ਤੋ ਇਸ਼ਟ ਮਾਇਆ ਹੋ ਗਿਆ। ਮੈਂ ਪੰਕਤੀਆਂ ਫਿਰ ਦੋਰਾਵਾਂ। ਗਾਥਾਵ ਮੱਲਾ ਪੰਜਵਾਂ। ਇਹ ਮੈਨੂੰ ਨਹੀਂ ਪਤਾ ਤੁਹਾਡੀ ਧਾਰਮਿਕ ਮਾਨਸਿਕ ਸਟੇਜ ਕੀ ਹੈ। ਕਿਉਂਕਿ ਹਰ ਸ਼ਹਿਰ ਦੀ ਮੈਂ ਪਹਿਲੇ ਅਰਜ਼ ਕਰ ਚੁੱਕੇ ਹਾਂ। ਮਾਨਸਿਕ ਮੰਡਲ ਹਰ ਸ਼ਹਿਰ ਦਾ ਅਲੱਗ-ਅਲੱਗ ਹੁੰਦਾ ਹੈ। ਤੇ ਚਲੋ ਇਹ ਦੋ ਲਫ਼ਜ਼ ਮੈਂ ਫਿਰ ਦੋਰਾ ਦਿਆਂ। ਹਰ ਸ਼ਹਿਰ ਦੇ ਚੋਟੀ ਦੇ ਰਾਜਨੀਤਿਕ ਹੁੰਦੇ ਨੇ। ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਵੀ ਹੁੰਦੇ ਨੇ ਹਰ ਸ਼ਹਿਰ ਦੇ ਚ ਵੱਡੇ ਵੱਡੇ ਵਪਾਰੀ ਵੀ ਹੁੰਦੇ ਨੇ ਹਰ ਸ਼ਹਿਰ ਦੇ ਸੈਂਟਿਸਟ ਹੁੰਦੇ ਨੇ ਡਾਕਟਰ ਹੁੰਦੇ ਨੇ ਲਾਇਰ ਹੁੰਦੇ ਨੇ ਇੰਜੀਨੀਅਰ ਹੁੰਦੇ ਨੇ ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਹੁੰਦੇ ਨੇ ਹਰ ਸ਼ਹਿਰ ਦੇ ਚ ਸੰਤ ਨਹੀਂ ਆਉਂਦਾ ਹਰ ਸ਼ਹਿਰ ਦੇ ਚ ਭਗਤ ਨਹੀਂ ਆਉਂਦਾ ਨਹੀਂ ਆਉਂਦਾ ਚੋਟੀ ਦਾ ਸੈਂਟਿਸਟ ਬਣ ਜਾਣਾ ਵਪਾਰੀ ਬਣ ਜਾਣਾ ਰਾਜਨੀਤਿਕ ਬਣ ਜਾਣਾ ਧਨਵਾਨ ਬਣ ਜਾਣਾ ਉਸ ਤੋਂ ਵੀ ਕਰੋਣਾ guna ਔਖਾ ਹੈ ਭਗਤ ਬਣ ਜਾਣਾ ਇਹ ਵੀ ਮੈਰਜ ਕਰਾ ਔਰ ਸਹਿਬ ਕਹਿੰਦੇ ਪੈਨੇ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਭਗਤ ਸਿਰਮੌਰ ਭਗਤ ਭਗਵਾਨ ਦਾ ਰੂਪ ਹੋ ਜਾਂਦਾ ਹੈ ਉਹ ਬੂੰਦ ਨਹੀਂ ਰਹਿ ਜਾਂਦੀ ਸਾਗਰ ਹੋ ਜਾਂਦੀ ਜੋ ਇਸ਼ਟ ਨੂੰ ਮੰਨ ਕੇ ਉੱਥੇ ਹੀ ਰੁਕ ਗਿਆ ਤੋ ਮਹਾਰਾਜ ਕਹਿੰਦੇ ਨੇ ਇਸ਼ਟ ਮਾਇਆ ਬਣ ਗਿਆ ਹੁਣ ਕਲਗੀਧਰ ਪਾਤਸ਼ਾਹ ਜੋ ਜਪ ਸਾਹਿਬ ਦੇ ਚ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਧਾਰਮਿਕ ਜਗਤ ਦੇ ਚ ਇਹਨਾਂ ਚਾਰਾਂ ਦੀ ਆਪਣੀ ਹਸਤੀ ਹੈ ਪ੍ਰਥਮ ਮੰਤਰ ਦੂਸਰਾ ਜੰਤਰ ਤੀਸਰਾ ਤੰਤਰ ਔਰ ਫਿਰ ਮੂਲ ਰੂਪ ਦੇ ਚ ਇਸ਼ਟ ਉਸ ਇਸ਼ਟ ਨੂੰ ਸਾਹਮਣੇ ਰੱਖ ਕੇ ਇਹ ਤਿੰਨ ਗੱਲਾਂ ਚੱਲਦੀਆਂ ਨੇ ਮੰਤਰ ਜੰਤਰ ਤੰਤਰ ਪੰਕਤੀਆਂ ਮੈਂ ਤੁਹਾਨੂੰ ਫਿਰ ਸੁਣਾਵਾਂ ਜਪ ਸਾਬ ਦੀਆਂ ਨਮੋ ਮੰਤਰ ਮੰਤਰੰ ਜਿਹੜੇ ਜਪ ਸਾਬ ਪੜ੍ਹਦੇ ਆਉਣਗੇ ਜ਼ਰੂਰ ਪਤਾ ਹੋਵੇਗਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਮੰਤਰ ਕਹਿੰਦੇ ਨੇ ਬੋਲ ਨੋ ਸ਼ਬਦ ਨੋ ਆਵਾਜ਼ ਲਓ ਅੱਜ ਵੀ ਪੰਜਾਬ ਦੇ ਪਿੰਡਾਂ 'ਚ ਕਹਿ ਦਿੰਦੇ ਨੇ ਆਵਾਜ਼ਾ ਲਓ ਗੁਰੂ ਗ੍ਰੰਥ ਸਾਹਿਬ ਦਾ ਆਵਾਜ਼ਾ ਲਓ ਵਾਕ ਲਓ ਅੱਜ ਵੀ ਕਹਿੰਦੇ ਨੇ ਸ਼ਬਦ ਲਓ ਮੰਤਰ ਬਾਣੀ ਮੰਤਰ ਮਖਾਹ ਪੁਰਖਨ ਕੇ ਸੰਸਕ੍ਰਿਤ ਦਾ ਸ਼ਬਦ ਹੈ ਬੋਲ ਨੂੰ ਮੰਤਰ ਕਹਿੰਦੇ ਨੇ ਮੰਤਰ ਦੇ ਅਰਥ ਨੇ ਬੋਲ ਕਿਸੇ ਇੱਕ ਵਿਸ਼ੇਸ਼ ਬੋਲ ਦੇ ਚ ਮੰਤਰ ਦੇ ਸ਼ਬਦ ਦੇ ਚ ਆਪਣਾ ਧਿਆਨ ਜੋੜਨਾ ਧਰਮ ਧਿਆਨ ਸਾਧਨਾ ਹੈ ਤੇ ਧਿਆਨ ਉਸ ਸ਼ਬਦ ਦੇ ਚ ਕੇਂਦ੍ਰਿਤ ਹੋ ਜਾਏ ਟਿਕ ਜਾਏ ਤਾਂ ਫਿਰ ਉਹਨੂੰ ਕਹਿੰਦੇ ਨੇ ਇਹਨੂੰ ਮੰਤਰ ਸiddhi ਦੀ ਪ੍ਰਾਪਤੀ ਹੋ ਗਈ ਇਹਨੂੰ ਸ਼ਬਦ ਸiddhi ਮਿਲ ਗਈ ਇਹਦਾ ਸ਼ਬਦ ਜਪਿਆ ਹੋਇਆ ਸਿੱਧ ਹੋ ਗਿਆ ਇਹਦਾ ਜਪਿਆ ਹੋਇਆ ਮੰਤਰ ਸਿੱਧ ਹੋ ਗਿਆ ਤੇ ਸਿੱਧ ਹੋ ਗਿਆ ਪਤਾ ਕਿਵੇਂ ਚੱਲਦਾ ਹੈ ਕਿ ਜਿੱਥੇ ਇਸ ਨੂੰ ਲਾਗੂ ਕਰਨਾ ਚਾਹੁੰਦਾ ਲੱਗ ਜਾਂਦਾ ਹੋ ਜਾਂਦਾ ਤੋਂ ਜਿਸ ਦਾ ਮੰਤਰ ਚੱਲਦਾ ਉਹਨੂੰ ਸੰਸਕ੍ਰਿਤ ਦੇ ਵਿੱਚ ਫਿਰ ਮੰਤਰੀ ਕਹਿੰਦੇ ਨੇ ਜਿਹਦਾ ਬੋਲ ਚੱਲਦਾ ਹੈ ਜਿਹਦਾ ਹੁਕਮ ਚੱਲਦਾ ਮੰਤਰੀ ਮੰਤਰ ਜਪ ਜਪ ਕੇ ਮੰਤਰ ਸਿੱਧ ਹੋ ਗਿਆ ਹੈ ਜਿਸ ਦਾ ਮੰਤਰ ਸਿੱਧ ਹੋ ਗਿਆ ਉਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਿੱਧੀ ਹੈ ਸ਼ਬਦ ਸਿੱਧੀ ਹੈ ਮੰਤਰ ਸਿੱਧੀ ਹੈ ਤੇ ਮੰਤਰੀ ਹੋ ਗਏ ਪੰਜਾਬੀ ਚ ਕਹਿੰਦੇ ਨੇ ਮੰਦਰੀ ਇਹ ਤੇ ਮੰਦਰੀ ਹੈ ਇਹਦਾ ਬੋਲ ਚੱਲਦਾ ਹੈ ਇਹਦਾ ਮੰਤਰ ਚੱਲਦਾ ਹੈ ਮੰਤਰਤਵਾਦ ਹੈ ਜੰਤਰ ਲਿਖ ਕੇ ਕੋਈ ਵਿਸ਼ੇਸ਼ ਤਰ੍ਹਾਂ ਦਾ ਧਾਗਾ ਤਵੀਜ਼ ਜੋ ਚੱਲਦਾ ਹੈ ਉਹਨੂੰ ਯੰਤਰ ਕਹਿੰਦੇ ਨੇ ਤੰਤਰ ਵਿਸ਼ੇਸ਼ ਤਰ੍ਹਾਂ ਦਾ ਅਨੁਸ਼ਟਾਨ ਪੁਨਿਆ ਮਾਵਸ ਵਾਲੇ ਦਿਨ ਜਾਂ ਮਰਗੜ ਘਾੜ ਦੇ ਵਿੱਚ ਇਹ ਵਿਸ਼ੇਸ਼ ਤਰ੍ਹਾਂ ਦੀਆਂ ਸਾਧਨਾਵਾਂ ਕਰਕੇ ਕਿਸੇ ਖਾਸ ਮਕਸਦ ਦੀ ਸiddhi ਲਈ ਇਹ ਸਾਧਨਾ ਕਰਨੇ ਉਹਨੂੰ ਤੰਤਰ ਕਹਿੰਦੇ ਨੇ ਤੇ ਤੰਤਰ ਤਾੰਤ੍ਰਿਕ ਕਲਾ ਵੀ ਆਉਂਦਾ ਹੈ ਚਿੱਟਾ ਵੀ ਆਉਂਦਾ ਹੈ ਇਹਨੂੰ ਇਸ ਤਰ੍ਹਾਂ ਕਹਿੰਦੇ ਨੇ ਵੀ ਇਹ ਤਾੰਤ੍ਰਿਕ ਤੇ ਹੈ ਪਰ ਇਹ ਕਾਲਾ ਤਾੰਤ੍ਰਿਕ ਹੈ ਦੂਸਰੇ ਦੇ ਵਿਚਾਰ ਨੂੰ ਪੜਨਾ ਦੂਸਰੇ ਨੂੰ ਕਾਬੂ ਕਰਨਾ ਦੂਸਰੇ ਨੂੰ ਅਧੇਨ ਕਰਨਾ ਰੂਹਾਂ ਨੂੰ ਪਕੜਨਾ ਜਿਹਦੀ ਕੋਲ ਤਾੰਤ੍ਰਿਕ ਸਿੱਧੀ ਹੋਵੇ ਉਹਨੂੰ ਤਾੰਤ੍ਰਿਕ ਕਹਿੰਦੇ ਨੇ ਇਸ ਤਰ੍ਹਾਂ ਦੇ ਦਾੰਤ੍ਰਿਕ ਬੰਗਾਲ ਦੇ ਵਿੱਚ ਬਹੁਤ ਸਾਰੇ ਸਨ ਰਾਜੇ ਭੋਜ ਦੇ ਸਮੇਂ ਤੇ ਮੱਧੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਸਨ ਪਰ ਰਾਜੇ ਭੋਜ ਨੇ ਮਾਰ ਦਿੱਤੇ ਸਨ ਕਿਣ ਲਗੇ ਗਲਤ ਵਿਦਿਆ ਇਸ ਵਿਦਿਆ ਦੇ ਰਾਹੀ ਦੂਜੇ ਨੂੰ ਆਪਣੇ ਅਧੇਨ ਕਰ ਲੈਣਾ ਜ਼ੇਰ ਅਸਰ ਕਰ ਲੈਣਾ ਇਹ ਗਲਤ ਹੈ ਮੰਤਰ ਜੰਤਰ ਤੰਤਰ ਤੇ ਫਿਰ ਇਸ਼ਟ ਧਾਰਮਿਕ ਜਗਤ ਦੇ ਵਿੱਚ ਇਹਨਾਂ ਚਾਰਾਂ ਦੀ ਗੱਲ ਹੈ ਇਹ ਮੇਰਾ ਇਸ਼ਟ ਹੈ ਇਹ ਮੇਰਾ ਮੰਤਰ ਹੈ ਇਹ ਮੇਰਾ ਯੰਤਰੇ ਦਾਗਾ ਤਵੀਜ਼ ਮੈਂ ਪਹਿਨੀ ਹੋਈ ਹੈ ਔਰ ਇਹ ਮੈਂ ਤਾੰਤ੍ਰਿਕ ਵਿੱਦਿਆ ਕਰਦਾ ਹਾਂ कलगीधर दर पातशाह कहें हे प्रभु तेरा नाम ही मंत्रा देों सिर मौर मंत्र है यंत्रों चो सरमौर जंत्र है तंत्रां दे चौं सिरमौर तंत्र है और इष्टा दों सिर मौर इष्ट है तेरा नाम और कोई इष्ट नहीं तू तो ही मेरा इष्ट है तेरा नाम ही मेरा मंत्र है तेरा नाम ही मेरा यंत्र है तेरा नाम ही मेरे लिए तंत्र है तो नाम ही मेरा इष्ट है ਮੇਰਾ ਇਸ਼ਟ ਹੋਰ ਕੋਈ ਨਹੀਂ ਮੈਂ ਤੈਨੂੰ ਨਮਸਕਾਰ ਕਰਦਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ